ਸਾਡੀ ਸੁਰਤ ਵਿੱਚ ਜਿਹਨਾਂ ਇਹਦਾ ਪਾਣੀ ਬਿਲਕੁਲ ਸਾਫ਼ ਹੁੰਦਾ ਜੀ ਅਤੇ ਪਾਣੀ ਪੀਂਦੇ ਰਹੇ ਹਾਂ। ਸਾਡੇ ਦੋ ਪਿੰਡਾਂ 'ਚ ਜ਼ਮੀਨ ਸੀ ਤਾਂ ਅਸੀਂ ਇੱਥੋਂ ਲੰਘਦੇ ਰਹੇ ਹਾਂ ਅਤੇ ਇਹਦਾ ਪਾਣੀ ਬਿਲਕੁਲ ਸਾਫ਼ ਹੁੰਦਾ ਸੀ। ਇਹਦੇ ਕੋਈ ਪੈਸਾ ਸਿੱਟਦੇ ਤਾਂ ਬਿਲਕੁਲ ਥੱਲੇ ਡੀਦਾ ਹੁੰਦਾ ਜੀ। ਇਹ ਜਿਹੜੇ ਆ ਦੇਖੋ ਬੰਨ ਤੁਹਾਡੇ ਸਾਹਮਣੇ ਆ ਲੱਗੇ ਹੋਏ ਜਿਹੜੇ ਨਾ ਆਹ ਬੀਜ ਦੇ ਦੋਵੇਂ ਬੰਨੀ ਬੰਨ ਲੱਗੇ ਹੋਏ ਆ। ਉਹ ਪਾਣੀ ਖਿਲਰਦਾ ਨਹੀਂ ਕਿਤੇ ਵੀ, ਜਦੋਂ ਪਾਣੀ ਇਹਨੇ ਉੱਤੋਂ ਹੀ ਲੰਘਿਆ ਤਾਂ ਇਸ ਬੰਨ ਵਿੱਚ ਸੱਟ ਮਾਰੀ ਉਹਨਾਂ, ਫਿਰ ਬੰਨ ਟੁੱਟ ਗਿਆ, ਪਹਿਲਾਂ ਉਹ ਟੁੱਟਿਆ ਵਾ ਬੰਨ। ਜਦੋਂ ਹੜ੍ਹ ਤਾਂ ਤਕਰੀਬਨ ਹਰ ਸਾਲ ਹੀ ਇੱਥੇ ਆ ਜਾਂਦੇ, ਇਸ ਤਰੀਕੇ ਦਾ ਮਾਹੌਲ ਇੱਥੇ ਬਣ ਜਾਂਦਾ, ਦੋ ਚਾਰ ਸਾਲ ਬਾਅਦ ਤਾਂ ਪੱਕਾ ਹੀ ਬਣ ਜਾਂਦਾ, ਤਾਂ ਲੋਕਾਂ ਦੇ ਅੰਦਰ ਕਿਹੋ ਜਿਹੀਆਂ ਬਿਮਾਰੀਆਂ ਫੈਲਦੀਆਂ? ਅਸੀਂ ਆ ਬੱਚੇ ਦਾ ਦਿਖਾ ਸਕਦੇ ਹਾਂ, ਦੇਖੋ ਇਹ ਬੱਚੇ ਦੇ ਕਿਸ ਤਰ੍ਹਾਂ ਮੂੰਹ ਦੇ ਉੱਤੇ ਗੰਦੇ ਪਾਣੀ ਦੇ ਕਾਰਨ ਉਹ ਜਿਹੜੇ ਹੋਏ ਪਏ ਆ, ਫਿੰਸਲੀਆਂ ਹੋਈਆਂ ਪਈਆਂ। ਨਹੀਂ ਹੋਇਆ ਪਹਿਲਾਂ ਤਾਂ ਨਹੀਂ ਹੋਇਆ? ਨਹੀਂ ਇਹ ਹੋਣੀ ਹੋਇਆ ਤਕਰੀਬਨ, ਜਿਹੜਾ ਹੜ੍ਹ ਆਇਆ ਅੱਜ ਤੋਂ 10 ਦਿਨ ਪਹਿਲਾਂ, ਉਸ ਤੋਂ ਬਾਅਦ ਇਹਦਾ ਪਾਣੀ ਗੰਦਲਾ ਹੋਣਾ ਸ਼ੁਰੂ ਹੋਇਆ। ਫਿਰ ਲੋਕਾਂ ਨੇ ਵਿਰੋਧ ਨਹੀਂ ਕੀਤਾ ਵੀ ਪਾਣੀ ਸਰਕਾਰ ਤੱਕ, ਉਸ ਵੇਲੇ ਸੁਲਤਾਨਪੁਰ ਲੋਧੀ ਦੇ ਵਿੱਚ ਬੇਈ ਆ, ਉਹਨੂੰ ਕਾਲੀ ਬੇਈ ਕਿਹਾ ਜਾਂਦਾ, ਤੇ ਹੁਣ ਤਾਂ ਫਿਰ ਇਹ ਵੀ ਕਾਲੀ ਆ, ਇਹ ਵੀ ਕਾਲੀ ਆ, ਉਹ ਤੋਂ ਵੀ ਜ਼ਿਆਦਾ ਕਾਲੀ। ਉਹ 'ਚ ਤਾਂ ਪਾਣੀ ਬਹੁਤ ਹਿਸਾਬ ਦਾ ਹੁੰਦਾ ਨਾ, ਅਤੇ ਇਹਦੇ 'ਚ ਗੰਦਾ ਪਾਣੀ ਜ਼ਿਆਦਾ ਪਾਇਆ ਹੋਣਾ ਸ਼ਹਿਰਾਂ ਦਾ, ਉਹ ਇਹ ਤਾਂ ਜ਼ਿਆਦਾ ਕਾਲੀ ਹੋ ਗਈ ਹੋਈ। ਬੰਨ ਟੁੱਟਣ ਤੋਂ ਬਾਅਦ ਇੱਥੇ ਸਰਕਾਰਾਂ ਦੇ ਵੱਖ ਵੱਖ ਨੁਮਾਇੰਦਿਆਂ ਨੇ, ਚਾਹੇ ਉਹ DDPO ਹੋਇਆ, ਚਾਹੇ ਉਹ BDPO ਹੋਇਆ, ਚਾਹੇ ਕੋਈ DC ਸਾਹਿਬ ਹੋਏ, ਜਾਂ ਮਾਣਯੋਗ ਮੁੱਖ ਮੰਤਰੀ ਸਾਹਿਬ ਵੀ ਚਪਲਾਂ ਲਾ ਕੇ ਆਪਣੀਆਂ ਅਤੇ ਮਿੱਟੀ ਦੇ ਵਿੱਚ ਇੱਥੋਂ ਦੀ ਲੰਘ ਕੇ ਇੱਕ ਇੱਥੇ ਆਏ ਸੀ, ਇੱਕ ਦਿਖਾਵਾ ਕਰਕੇ ਜ਼ਰੂਰ ਚਲੇ ਗਏ ਆ। ਪਰ ਅਸਲ ਦੇ ਵਿੱਚ ਜਿਹੜਾ ਗਰਾਊਂਡ ਲੈਵਲ 'ਤੇ ਜੋ ਕਰਨਾ ਚਾਹੀਦਾ ਸੀ, ਉਹ 'ਚ ਸਰਕਾਰ ਫੇਲ ਹੋਈ ਆ। ਅਸੀਂ ਇਸ ਗੱਲ ਨੂੰ ਮਹਿਸੂਸ ਕਰਦੇ ਕਿ ਸਰਕਾਰ ਜ਼ਿੰਮੇਵਾਰ ਆ। ਸਤਿ ਸ਼੍ਰੀ ਅਕਾਲ ਜੀ, ਅਨਮਿਊਟ ਦੇਖ ਰਹੇ ਹੋ ਤੁਸੀਂ, ਮੈਂ ਜਗਜੀਤ ਸਿੰਘ ਪੰਜੋਲੀ ਇਸ ਵਕਤ ਮੰਡਾਲਾ ਤੁਸੀਂ ਬੰਨ ਦੇ ਉੱਤੇ ਮੌਜੂਦ ਹਾਂ, ਅਤੇ ਤੁਹਾਨੂੰ ਦਿਖਾ ਦਈਏ ਕਿ ਆਹ ਪਿੱਛੇ ਚਿੱਟੀ ਬੇਈ ਨਦੀ ਜਿਹੜੀ ਆ ਉਹ ਆ ਰਹੀ ਹੈ। ਤਸਵੀਰ ਜ਼ੂਮ ਕਰਕੇ ਕੈਮਰਾਮੈਨ ਤੁਹਾਨੂੰ ਦਿਖਾ ਰਹੇ ਨੇ। ਇਹ ਚਿੱਟੀ ਬੇਈ ਜਿਹੜੀ ਹੈ ਹੁਸ਼ਿਆਰਪੁਰ ਵਾਲੀ ਸਾਈਡ ਤੋਂ ਆਉਂਦੀ ਹੈ ਬਾਇਆ ਜਲੰਧਰ ਹੋ ਕੇ, ਅਤੇ ਇੱਥੋਂ ਕਿਲੋਮੀਟਰ ਅੱਗੇ ਸਤਲੁਜ ਦਰਿਆ ਹੈ ਉਹਦੇ ਵਿੱਚ ਜਾ ਕੇ ਇਹ ਬੇਈ ਨਦੀ ਜਿਹੜੀ ਹੈ ਚਿੱਟੀ ਬੇਈ ਹੈ ਇਹ ਉਹਦੇ ਵਿੱਚ ਪੈ ਜਾਂਦੀ ਹੈ। ਸੋ ਇਹ ਚਿੱਟੀ ਬੇਈ ਬਾਰੇ ਵੀ ਗੱਲਬਾਤ ਕਰਾਂਗੇ ਕਿ ਇਹ ਚਿੱਟੀ ਬੇਈ ਦਾ ਨਾਂ ਚਿੱਟੀ ਬੇਈ ਕਿਉਂ ਪਿਆ, ਅਤੇ ਇਹ ਲੋਕਾਂ ਦਾ ਫਸਲਾਂ ਦਾ ਕਿੰਨਾ ਕੁ ਨੁਕਸਾਨ ਕਰਦੀ ਹੈ। ਮੰਡਾਲਾ ਪਿੰਡ ਦੇ ਲੋਕ ਇੱਥੇ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਮੇਨ ਮਕਸਦ ਇਹ ਹੈਗਾ ਕਿ ਪਾਣੀ ਦਾ ਲੈਵਲ ਹੁਣ ਵੀ ਇੱਥੇ ਕਾਫੀ ਵਾਧਾ ਨਜ਼ਰ ਆ ਰਿਹਾ, ਭਾਵੇਂ ਕਿ ਆਹੀ ਬੰਨ ਉਹ ਬੰਨ ਹੈ ਜਿਹੜਾ ਸੀਚੇਵਾਲ ਹੋਰਾਂ ਨੇ ਥੋੜ੍ਹੇ ਦਿਨ ਪਹਿਲਾਂ ਇਹ ਬੰਨ ਬੰਨਿਆ। ਅਤੇ ਦੂਜਾ ਗੱਲ ਇਹ ਹੈ ਵੀ ਆਹ ਤੁਸੀਂ ਦੇਖ ਸਕਦੇ ਹੋ ਕਿ ਬੰਨ ਦੇ ਵਿੱਚ ਤੇੜਾਂ ਪੈਣੀਆਂ ਫਿਰ ਸ਼ੁਰੂ ਹੋ ਗਈਆਂ ਨੇ। ਬੰਨ ਥੋੜ੍ਹੇ ਦਿਨ ਪਹਿਲਾਂ ਹੀ ਜਿਹੜਾ ਇਹ ਪੂਰਿਆ ਗਿਆ, ਬੰਨ ਦੇ ਉੱਤੇ ਬਹੁਤ ਮਿਹਨਤ ਕੀਤੀ ਹੈ। ਸੋ ਪਾਣੀ ਦਾ ਬਹਾਅ ਹੀ ਇੰਨਾ ਕਿ ਬੰਨ ਵੀ ਕਿਤੇ ਨਾ ਕਿਤੇ ਇਹ ਤੇੜਾਂ ਪੈਂਦੀਆਂ ਉਹਦੇ ਵਿੱਚ ਨਜ਼ਰ ਆ ਰਹੀਆਂ ਨੇ। ਦੂਜਾ ਇਹ ਹੈਗਾ ਕਿ ਜਦੋਂ ਇਸ ਇਲਾਕੇ ਦੇ ਵਿੱਚ ਹੜ੍ਹ ਆਉਂਦੇ ਨੇ ਤਾਂ ਹੜ੍ਹ ਆਉਣ ਤੋਂ ਬਾਅਦ ਕਿਹੋ ਜਿਹੀਆਂ ਬਿਮਾਰੀਆਂ ਪਸ਼ੂਆਂ ਨੂੰ, ਜਾਨਵਰਾਂ ਨੂੰ, ਬੱਚਿਆਂ ਨੂੰ ਬਿਮਾਰੀਆਂ ਫੈਲਦੀਆਂ ਨੇ, ਕਿਹੋ ਜਿਹਾ ਬਿਮਾਰੀਆਂ ਦਾ ਡਰ ਰਹਿੰਦਾ, ਅਤੇ ਲੋਕ ਕੀ ਕਰਦੇ ਨੇ, ਸਥਾਨਕ ਲੋਕ ਬਹੁਤ ਸਾਰੇ ਸਵਾਲ ਨੇ। ਗੱਲਬਾਤ ਕਰਦੇ ਹਾਂ ਪਹਿਲਾਂ ਬਾਪੂ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਪੂ ਜੀ ਸਾਨੂੰ ਪਹਿਲਾਂ ਤਾਂ ਇਹ ਦੱਸੋ ਵੀ ਜਿਹੜੀ ਚਿੱਟੀ ਬੇਈ ਹੈ, ਤੁਸੀਂ ਤੁਹਾਡੀ ਉਮਰ ਕਾਫੀ ਹੈ, ਇੱਕ ਇਹ ਜਿਵੇਂ ਦੱਸਿਆ ਜਾਂਦਾ ਵੀ ਹੁਸ਼ਿਆਰਪੁਰ ਤੋਂ ਆਉਂਦੀ ਹੈ, ਅਤੇ ਇਹਦਾ ਚਿੱਟੀ ਬੇਈ ਨਾਂ ਕਿਵੇਂ ਪਿਆ? ਇਹ ਦੇਖੋ ਜੀ, ਸਾਡੀ ਸੁਰਤ ਵਿੱਚ ਹੀ ਨਾ ਇਹਦਾ ਪਾਣੀ ਬਿਲਕੁਲ ਸਾਫ਼ ਹੁੰਦਾ ਜੀ ਅਤੇ ਪਾਣੀ ਪੀਂਦੇ ਰਹੇ ਹਾਂ। ਸਾਡੇ ਦੋ ਪਿੰਡਾਂ 'ਚ ਜ਼ਮੀਨ ਸੀ ਤਾਂ ਅਸੀਂ ਇੱਥੋਂ ਲੰਘਦੇ ਰਹੇ ਹਾਂ ਅਤੇ ਇਹਦਾ ਪਾਣੀ ਬਿਲਕੁਲ ਸਾਫ਼ ਹੁੰਦਾ ਸੀ। ਇਹਦੇ ਕੋਈ ਪੈਸਾ ਸਿੱਟਦੇ ਤਾਂ ਬਿਲਕੁਲ ਥੱਲੇ ਦੀਦਾ ਹੁੰਦਾ ਸੀ ਅਤੇ ਉਹ ਚਿੱਟਾ ਪਾਣੀ ਇੰਨਾ ਹੁੰਦਾ ਸੀ ਕਿ ਅਸੀਂ ਪੀਂਦੇ ਰਹੇ ਪਾਣੀ, ਬਹੁਤ ਸਾਫ਼ ਪਾਣੀ ਹੁੰਦਾ ਸੀ। ਬਾਅਦ ਦੇ ਵਿੱਚ ਜਲੰਧਰ ਦਾ, ਲੁਧਿਆਣੇ ਦਾ ਪਾਣੀ ਇਹਦੇ ਵਿੱਚ ਗੰਦਾ ਜਿਹੜਾ ਸੀ ਪਾਣੀ ਨਾ, ਉਹ ਇੱਥੇ ਪੈਣ ਨਾਲ ਇਹ ਗੰਦੀ ਬੇਈ ਹੋ ਗਈ ਹੈ ਸਾਰੀ। ਪਾਣੀ ਬਹੁਤ ਗੰਦਾ, ਉਹਦੇ ਨਾਲ ਹੁਣ ਬਿਮਾਰੀਆਂ ਨਹੀਂ, ਪਸ਼ੂਆਂ ਨੂੰ ਮੂੰਹ ਖੁਰ ਦੀ ਬਿਮਾਰੀ ਬਹੁਤ ਚੱਲੀ ਹੋਈ ਆ ਇੱਥੇ, ਅਤੇ ਬੰਦਿਆਂ ਨੂੰ ਬੁਖਾਰ ਦੀ ਵੀ ਬਿਮਾਰੀ ਬਹੁਤ ਆ, ਅਤੇ ਬਾਕੀ ਆ ਸਰੀਰ ਦੇ ਉੱਤੇ ਨਾ ਫਿੰਡਸੀਆਂ, ਆਮ ਚਮੜੀ ਦੇ ਰੋਗ ਜਿਹੜੇ ਆ ਬਹੁਤ ਹੋਏ ਹੋਏ ਆ ਲੋਕਾਂ ਨੂੰ ਇਹਦੇ ਨਾਲ। ਤੁਸੀਂ ਕਿਹਾ ਵੀ ਅਸੀਂ ਇਹਦਾ ਪਾਣੀ ਖੁਦ ਪੀਂਦੇ ਰਹੇ ਹੋ, ਕਿੰਨੇ ਕੁ ਸਾਲ ਪਹਿਲਾਂ ਇਹਦਾ ਪਾਣੀ ਤੁਸੀਂ ਪੀਂਦੇ ਰਹੇ? ਦੇਖੋ ਜੀ, ਘੱਟੋ ਘੱਟ 20-25 ਸਾਲ ਹੋ ਗਏ ਜੀ ਇਹਦੋਂ ਪਹਿਲਾਂ ਅਸੀਂ ਪਾਣੀ ਪੀਂਦੇ ਰਹੇ ਹਾਂ। ਅੱਛਾ ਜੀ, ਹਾਂਜੀ। ਹੁਣ ਉਦੋਂ ਦਾ ਗੰਦਾ ਪਾਣੀ? ਹਾਂਜੀ, ਗੰਦਾ ਪਾਣੀ ਫਿਰ ਕਿਵੇਂ ਹੋ ਗਿਆ ਦਾ? ਗੰਦਾ ਜੀ, ਇਹ ਲੁਧਿਆਣਾ ਸ਼ਹਿਰ ਜਿਹੜਾ ਜਲੰਧਰ ਸ਼ਹਿਰ ਆ, ਇਹ ਸ਼ਹਿਰਾਂ ਦੇ ਪਾਣੀ ਜਿਹੜੇ ਗੰਦੇ ਆ ਨਾ ਸਾਰੇ, ਉਹ ਇਹਦੇ ਵਿੱਚ ਪਾਏ ਹੋਏ ਆ, ਫੈਕਟਰੀਆਂ ਦੇ ਪਾਣੀ ਵਿੱਚ ਪੈਂਦੇ ਆ, ਉਹਨਾਂ ਦਾ ਕਰਕੇ ਹਾਂਜੀ ਉਹ ਗੰਦਾ ਪਾਣੀ ਸਾਰਾ ਹੋ ਗਿਆ। ਕਾਲਾ ਪਾਣੀ ਦੇਖਣ ਵਿੱਚ ਮੁਸ਼ਕ ਆਉਂਦਾ, ਜਦੋਂ ਲਾਗੇ ਲੰਘੀਦਾ ਨਾ ਲੰਘ ਨਹੀਂ ਹੁੰਦਾ, ਉਈ ਇੰਨਾ ਗੰਦਾ ਪਾਣੀ ਹੋਇਆ ਹਾ ਵਾ। ਪਤਾ ਕੀ ਆ, ਡੇਰੀਆਂ ਲਾਈਆਂ ਉੱਥੇ,
डेयरिया का जो गोहा जो सारा इस वेज आ रहा इन्नी गिब जमनी नहीं चाहिए गोहा जो अज भी तुहानू कढ के दिखा दिए तो गोहा ही दिखना बिच गिब तो इन्नी जमदी ने आ तो गोहा रहा फैक्ट डेयरिया का इन्होंने डेयरिया वड्डे वड्डे फार्म बनाए हुए आ हड़ का कारण किवें बनती है बेई नदी का कारण यह आ जो दरिया नहीं था सतलुज पुल उतो मिट्टी चकन नहीं देन दे उतो डाफ लगती तो पिछड़ों धक् मार दी सुरत जो सतलुज पुल ना कि पिंडी वाला जी वजद वा ये थले का गड्ढे लद्दे लंघाते रहे हैं घट्टो घट्ट 15-16 फुट मिट्टी उत्थे पै गई हूँ गड्ढे बिल्कुल नहीं लंघते थले जो पौधे मिट्टी लगी हुई आ वो जो दरिया नाव चाह हो गया पहले 40 फुट नीवा होंगे ही हूँ दरिया पद्धर ही हो गया वा हजे पानी गांह जाता नहीं गया जो हरिका हड़ बनया ना उदों का दरिया भरता 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 सारा दरिया उचा हो गया वा वो पानी गांह जाता नहीं गा ये सारा फिर इनू बाकी है थोड़ा जहा सा बन बिच लग गए होर बीजे कंढे कंढे वो भी सानू मार दे ज़्यादा जो बन टुटिया बड़ा कारण की रहा ये जो देखो बन तुहाडे सामने आ लगे हुए जड़े ना आ बीजे दो ही बनी बन लगे हुए आ वो पानी खिलरता नहीं कि भी जो पानी इन्हें उत्तों ही लंघिया तो इस बन फिर सट मारी उन्हें फिर बन टुट गया पहले वो टुटिया वा बन हाँ जी बीज वाला बन टुट के मुड़ के बन टुटिया है हाँ जी ये बन जिद आप खड़े हैं यदि लंबाई कितनी है कितने तक जाता है ये जाता जी सदूपुर पिंड इतने तुम देखा होगा इतों होगा जी 8-9 किलोमीटर सीधा तो इधर जी लैन आ रेलवे लैन वो लगता जाके लैंड जाके लग जाता 12-13 किलोमीटर पैना सारा होगा बनता जी इन्ना क्रमा है होर जो लोग इतने मौजूद ने उन्होंने गलबात करते हैं जो हड़ तो तकरीबन हर साल ही इतने आ जाते हैं इस तरीके का माहौल इतने बन जाता 2-4 साल बाद पक्का ही बन जाता है तो लोगों के अंदर कहो जी बीमारियां फैलदिया ने जोड़े लोग ने बच्चे ने पशु है उन्होंने कहो जी बीमारियों का सामना करना पड़ता जदों हड़ आउंदा उस तो बाद जिहड़ियां बीमारियां चमड़ी दे रोग जिस तरह तुसीं देख सकदे आ असीं आ बच्चे दा दिखा सकदे आ देखो ये बच्चे दे किस तरह मूँह दे उत्ते गंदे पानी दे कारण जिहड़े होए पए आ फिंसलियां होईयां पईयां होनी होया पहलां तां नहीं होया नहीं ये होनी होया तकरीबन जिहड़ा हड़ आया अज तो 10 दिन पहलों उस तो बाद डंगर भी जिहड़े आ वह भी तकरीबन किन्ने कु बच्चे इहो जे ने जिन्हां दे इहो जे इहो जे रोग जां इहो जे हालात काफ़ी बच्चे आ जिन्हां दे हत्थां दे उत्ते भी रैशिश होण लग पैंदी आ खुरक होण लग पैंदी आ और जिहड़ा इस तरह करके चमड़ी दे रोग चलदे आ बुखार चढ़ता उन्होंने बुखार सिर दर्द के नाल सिर का म जरा दर्द के होने के करके उस तो बाद जो बुखार चढ़ता बुखार चढ़न के नाल काफ़ी दिक्कत आदि लोगों को हल की है प्रशासन वालों कोई डॉक्टर की सहायता की जाती है जां लोग अपने पद्धर की दवाई बूटी करते नहीं इस तरह नहीं कह सकते आप जिस तरह हुण जिस तरह आ रहा हड़ आया पहले दिन तो ही उस तो बाद तकरीबन मैडिकल कैंप लगाए गए डॉक्टर्स आए आ जिन्ना भी सरकार का जो भी आ वो करते इतने पर जिहड़ियां बीमारियां वो एड्डी जल्दी रुकदियां नहीं है पक्का इलाज नहीं गा हैगा इन्हां पशुओं को कहीं बीमारियां होंदियां ने पशुओं में मूँह खुर की बीमारी हैगी है जी कोई जिदा सह चढ़ता उन्होंने जिदा सूण वाले पशु कोई है कोई पानी वाधा घटा जिदा गंदे पानी पीते बोर के पानी बोर पानी पै जाना खराब हो गया चलो बंदा तो बाल के पानी पी लो चाहे बोतल वाला पानी संगत दे जाए वो दे हूँ देखो आखो आ कल फ्रिशनी निकी जी निकली सी इस हूँ कल तो व्डा लाल जहा हो गया था इस तरह आवे आ मेरे अखा से भी चीज़ है जी कोई धुप्प के नाल कि लाइट नहीं आई 6-7 दिन लाइट नहीं आई हूँ जो लाइट हुई है चलो बंद ने नाल पिंड ने सहयोग दिता पीने वाले पानी के की हालात ने पानी वाले कई बोर च तो पानी पै गए पै गए जिदा नीवे जोड़े से हूँ कई कुछ घर बचे आ कुछ चलो संगत भी सेवा करती बोतल वाला पानी दे जाते कोई टैंकर आ जाता वा संगत ने बहुत सहयोग दिता राशन भी दे जाते बहुत सेवा करते आम ज्यादा संगत वालों सेवा ज्यादा आ हाँ जी बापू जी चिट्टी बई है ये कहते पहला पानी जिम्मे बापू जी ने दस रहे थे कहते पानी का पीते रहे हैं तुम भी खड़च बहुत साफ पानी से जी ये मैनू याद है कोई 80-85-90 हाँ जी पीते जी वेचते आप लंघते रहे पशु चारते लोग पानी गंदला होना शुरू होया फिर लोगों ने विरोध नहीं किया पानी सरकार तक उस वे उदों का करते तो है जो हूँ सारा गंदगी आई जाती तो कर की सकते हैं जी हूँ प्रसार विरोध कर रहे हैं इस चीज़ का
संत सीचेवाल जी जी उन्होंने हाँ बाकी जिहड़ा ना बीमारियां है जी वो की है कि जिदा हुण एक वारी पानी आण के जिथे पानी खड़ गया ना वो सिगनेट करता है बदबो मारता है उस चीज़ ना ये चीज़ा आनियाँ पानी जो आ ना जी उदो कोई नहीं पानी जो आके जाता है ना जी वो नाल दी नाल बीमारियां दे जाता है। बापू जी एक सवाल यह है जिहड़ी सुल्तानपुर लोधी दे विच बेई है उन्हूं काली बेई कहा जाता है तो हुण तां फिर ये भी काली है दोवें ਚਿੱਟੀ ਵੇਈ ਕਹਿੰਦੇ ਸੀ ਪਾਣੀ ਪੀਂਦੇ ਰਹੇ ਹਾਂਜੀ ਹੁਣ ਕਾਲੀ ਜ਼ਿਆਦਾ ਹੋ ਗਈ ਹੋਣੀ ਸੋ ਇਹ ਤੇ ਜ਼ਿਆਦਾ ਕਾਲੀ ਹੋ ਗਈ ਹੋਣੀ ਸੋ ਇਹ ਕਾਲੀ ਆ ਉਹਦਾ ਪਾਣੀ ਹੁਣ ਵੀ ਸਾਫ਼ ਆ ਉਹ ਚ ਗੰਦਾ ਪਾਣੀ ਨਹੀਂ ਪੈਣ ਦਿੰਦੇ ਕਾਲੀ ਸੀ ਉਹ ਕਾਲੀ ਦ
गंदा पानी पैंदा, लुधियाने का सब नो ज्यादा गंदा पानी पै रहा है, उधरों पानी तो पा दिता उही फिर सतलुज जा रहा उही फिर अपने खेतों का खेड़ा जी जी। इस तो बाद इतों जाके सीधा सतलुज के पै जाता, सतलुज तो गांह फिर राजस्थान वगैरह जिधर भी जाता पानी उधर ये सब गंदगी फैला रहा है। कैंसर भरी हो गई है। देखो जिहड़ी ये मई है ना जिहनूं चिट्टी मई का नाँ दिता जाता, चिट्टी मई का दर्जा दिता जा रहा, पर असल दे विच ये मई जिहड़ी काली है इहदे कारण जिहड़ियां नेड़े नेड़े वालियां जमीनां वा वो सारियां नूं कैंसर हो चुकिया, क्योंकि सारियां जिहड़ियां जमीनां वा वो नष्ट हो चुकियां वा। ये न्याल नहीं उपजाऊ है आ, उपजाऊ तो है जिदा कि आप कहते रेहां सपरेहां खाद दे दूजा पा के सिर ते है ना फसल बीजते हैं, ये जिहड़ी वई दे पानी आ जिहड़े नेड़े नेड़े वाली जमीना वा ये उसे तरीके नाल आ जिदा रेहां सपरेहां जिहड़ियां बीमारियां नूं जन्म दिंदियां, इहदा पानी भी इसे तरीके नाल बीमारियां नूं जन्म दिंदा वा। तो जिहड़ा इहदे नाल नाल वालियां जमीना जां जिथे भी अहीं बोर करदे आ जां पीण वाला पानी आ उह पीण योग नहीं रहा इहदे कारण। ठीक है कि सरकारां ने समें समें ते कहा कि चिट्टी वई आ चिट्टी वई आ, पर इह वई जिहड़ी चिट्टी नहीं आ इह काली आ, इहदे च तकरीबन सारे शहरां दा जिहड़ा गंदा पानी पाया जा रहा। तो दूसरी गल तुसीं कर रहे सी बन दी, बन टुटण दा कारण की है, जो बन टुटण दा कारण असीं महसूस करदे आ, असीं नहीं पूरा इलाका ही जिहड़ा महसूस करदा, जदकि इह बन पहलां 88 च टुटिया, फिर 95 च, फिर बुजुर्ग सियाने 97 च भी टुटिया, 97 च टुटिया, फिर 97 च टुटिया, फिर 8 च टुटिया, फिर 19 च टुटिया, फिर 23 च टुटिया। इहदा मुख कारण यह है कि जिहड़ियां जिहड़ियां समें दीआं सरकारां रहीआं वो मौके ते आ के उन्होंने लिम्मा पोची करके इत्थे फार्मेलिटियां पूरियां कीतियां, पक्के तौर ते इहदा कोई प्रबंध नहीं किया गया। हुण जदों हड़ आउण तों पहलां 5 दिन पहला अनाउंसमेंटा कराइया गई पिंडां दे विच भी नीवी जगह वाले लोग जिहड़े आ अपना समान चुक लैण, ते इह गल तां ठीक है भी प्रशासन की जिम्मेवारी बनती सी, पर इहदे नाल नाल सरकारां दी इक होर भी जिम्मेवारी बनती सी अनाउंसमेंटा दे नाल नाल जे किते उह उसे 5 दिन जिहड़ा रैगूलर काम नूं चलाया जांदा, इत्थे मिट्टी दे टिप्पर आउंदे, बन दी देखभाल हुंदी, जिथों किते कमजोर लगदा सी उत्थे रिपेयर हो जांदी, हो सकदा सी जिहड़ा नुकसान अज होया जिहड़ी किसानी आ साडी, जिहड़ा साडा पंजाब आ सूबा प्रधान आ दूजा खेती खेती प्रधान सूबा, ते असीं खेती नाल जुड़े होए आ, ते खेती तो लैके ही साडा जिहड़ा उपर तो लैके थले ताणा बाणा सारा चलदा, व्यापारी भी खेती नाल प्रभावित आ, मजदूर भी खेती नाल जुड़िया होया, हर एक जिहड़ी साडी जिहड़ी सर्कल आ उस खेती नाल चल रहा। अज असीं देख सकदे आ कि हजारां एकड़ जिहड़ी फसल आ उह तबाह हो चुकी है। अज ठीक है बन टुट्टण तों बाद इत्थे सरकारां दे वख-वख नुमाइंदियां ने, चाहे वह DDPO होया, चाहे वह BDPO होया, चाहे कोई DC साहब होए, जां मानयोग मुख्यमंत्री साहब भी चपला ला के अपनियां ते मिट्टी दे विच इत्थों दी लंघ के एक इत्थे आए सी एक दिखावा करके जरूर चले गए, पर असल दे विच जिहड़ा ग्राउंड लैवल ते जो करना चाहीदा सी उहदे च सरकार फेल होई आ। असीं इस गल नूं महसूस करदे कि सरकार जिम्मेवार आ, जिन्ना नुकसान होया इहदे जिम्मेवार सीधे सीधे तौर पर सरकार आ, क्योंकि हर बार हुंदा आया हुंदा आया, ते साडे जिहड़े बजुर्ग आ इहनां दी ते जिंदगी इस तरीके नाल बीत चुकी है, ते असीं भी ये जिहड़ा संताप आ जिहड़ी नवीं पीढ़ी आ उह भी हंडा रहे आ। तो ये किते भी किसी भी सरकार ने, चाहे वह समय समय दी सरकार कोई भी होण, किसी ने भी उत्ते विचार नहीं किया, तो ये बन हर बार ही टुट जाता, बन इस तरीके इदा टुट जाता कि जिवें कोई पानी लाई छोटी जी वट टुट जाती होंगी, अक्सर ये तुसी बन का नाँ दिता गया इनूं। जिहड़ा वा कल्ला जिला जलंधर ही नहीं, जिला कपूरथला भी प्रभावित हुंदा वा, दो जिलों ये बन जिहड़ा बचा रहा,
ਤੇ ਇਸ ਟਾਈਮ ਤਾਂ ਦੋਨੋਂ ਹੀ ਜ਼ਿਲ੍ਹੇ ਜਦੋਂ ਨੁਕਸਾਨ ਹੁੰਦਾ ਜਦੋਂ ਬੰਨ ਟੁੱਟਦਾ ਦੋਨੋਂ ਹੀ ਜ਼ਿਲ੍ਹੇ ਜਿਹੜੇ ਬਰਬਾਦ ਹੋ ਜਾਂਦੇ ਆ।